ਰੌਬਰਟ ਹੁੱਕ ਨੇ 1665 ਵਿੱਚ ਕਾਰਕ ਦੇ ਇੱਕ ਬਹੁਤ ਬਰੀਕ ਟੁਕੜੇ ਦਾ ਸਧਾਰਨ ਸੁਖਮ ਦਰਸ਼ੀ ਯੰਤਰ ਨਾਲ ਅਧਿਐਨ ਕੀਤਾ। ਉਹਨਾਂ ਨੇ ਕਾਰਕ ਦੇ ਪਤਲੇ ਟੁਕੜੇ ਵਿੱਚ ਅਨੇਕਾਂ ਹੀ ਵਿਭਾਜਿਤ ਡੱਬੇ ਵੇਖੇ। ਇਹ ਡੱਬੇ ਸ਼ਹਿਦ ਦੀ ਮੱਖੀ ਦੇ ਛੱਤੇ ਦੀ ਸ਼ਕਲ ਵਰਗੇ ਵਿਖਾਈ ਦਿੱਤੇ। ਹੁੱਕ ਨੇ ਹਰੇਕ ਡੱਬੇ ਨੂੰ ਸੈੱਲ ਦਾ ਨਾਂ ਦਿੱਤਾ ਆਓ ਸੈੱਲ ਬਾਰੇ ਹੋਰ ਚਰਚਾ ਕਰੀਏ ਭਵਨ ਨਿਰਮਾਣ ਲਈ ਇੱਟਾਂ ਅਤੇ ਸਜੀਵਾ ਲਈ ਸੈੱਲ ਦੋਨੋਂ ਹੀ ਮੂਢਲੀਆਂ ਰਚਨਾਤਮਕ ਇਕਾਈਆਂ ਹਨ ਜਿਵੇਂ ਇਮਾਰਤ ਦੀ ਉਸਾਰੀ ਲਈ ਇੱਕ ਸਮਾਨ ਇੱਟਾਂ ਦਾ ਪ੍ਰਯੋਗ ਹੁੰਦਾ ਹੈ ਪਰੰਤੂ ਉਹਨਾਂ ਦੀ ਸ਼ਕਲ ਡਿਜ਼ਾਈਨ ਅਤੇ ਆਕਾਰ ਅਲੱਗ-ਅਲੱਗ ਹੁੰਦੇ ਹਨ ਉਸੇ ਪ੍ਰਕਾਰ ਸਜੀਵ ਜਗਤ ਦੇ ਜੀਵ ਭਾਵੇਂ ਇੱਕ ਦੂਜੇ ਤੋਂ ਪਿੰਨ-ਪਿੰਨ ਵਿਖਾਈ ਦਿੰਦੇ ਹਨ ਪਰੰਤੂ ਉਹ ਸਾਰੇ ਇੱਕੋ ਤਰ੍ਹਾਂ ਦੇ ਸੈੱਲਾਂ ਤੋਂ ਬਣੇ ਹੁੰਦੇ ਹਨ